कारा कोठियां रख के ये लोग काम करते हैं। अपने थले इन्होंने 50-100 बंदा रखे जिहड़े कि जिहड़ी हर इलाके दे विच सप्लाई भेजते हैं। दो चार पाँच बारी असी एक एक बॉटल जिहड़ियां साडे ध्यान च आउंदियां रहियां पर इह भज के निकलदे रहे। इन्होंने बहुत सारे बच्चे कुड़ियां और इस तरह के जिहड़े जवान रखे हुए ने जिहड़े इलिसिट जिहड़ी दारू जिहड़ी सप्लाई करदे ने। कपूरथला पुलिस ने पिंड खीरा वाली विच गैर कानूनी ढंग नाल चलाई जा रही देसी शराब की भट्ठी समेत एक व्यक्ति नू गिरफ्तार करन विच सफलता हासिल की है। जानकारी दिंदिया पुलिस ने दस्या कि गिरफ्तार किए गए व्यक्ति कोलों 5,580 बोतलां शराब अते 800 किलो देसी लाहन समेत भट्ठी भी बरामद की गई, जिस तों बाद पुलिस वालों मामला दर्ज कर लिया गया है अते कार्रवाई शुरू कर दी गई है। अज दसना चाहवांगे कि कपूरथला रेंज दे विच जिवें कि असी मेरी टीम जिहड़ी 15 दिन पहला ज्वाइन करन तों बाद तुसी देखिया उन्हें हर हल्के दे विच अपने पूरा दस्तक दे के रख दिए ते जिन्ने भी बूट लैगर असी आउंदे सार भी उन्होंने एक बारी एक सूचना दित्ती सी भी ये काम छड्ड दिओ, पर इहदे बावजूद अज मेरे 3 दिन तो मेरे दरोगा रण बहादुर ते भुपिंदर सिंह ते कुलवंत सिंह इहदी काफ़ी ज़्यादा अपने जिहड़े सुल्तानपुर इलाके दे विच जां अपने इन्हां इलाकियां दे विच जिहड़ा काम कर रहे ने इलिसिट दारू दा काम कर रहे ने और घरां घरां सप्लाई कर रहे ने। अज असी अक्यूज़ एक पकड़िया मेरे रण बहादुर ETO एक्साइज दरोगा और भुपिंदर सिंह ETO हरप्रीत सिंह असी सारे एक एक शेर दी अज शनिवार है मॉर्निंग 4 बजे तो असी अपनी एक सूचना दे आधार दे उत्ते बहुत सारे बंदे इलाके फैलाए हुए सी तां कि अक्यूज जदों भी इस इलाके दे विच कोई बॉटल एक भी बॉटल सप्लाई करे तो असी इहदी पूरी पिछे जिहड़ी पैरवाई करके ये कित्थों माल चलता है उह तक पहुँच सकी। हालांकि 2-4-5 वारी असी एक एक बॉटल जिहड़ियां साडे ध्यान च आउंदियां रहियां पर इह भज के निकलदे रहे। इन्होंने बहुत सारे बच्चे कुड़ियां और इस तरह के जिहड़े जवान रखे हुए ने जिहड़े इलाके जिहड़ी सस्ते भाव दे विच इलिसिट जिहड़ी दारू जिहड़ी सप्लाई करदे ने। अज मैं बहुत ही वड्डी काम ਪੰਜਾਬੀ ਤੋਂ ਮੈਂ ਖੁਸ਼ ਹਾਂ ਆਪਣੀ ਟੀਮ ਤੋਂ ਕਿ ਅਸੀਂ ਅੱਜ ਇੱਕ ਬਹੁਤ ਵੱਡਾ ਇੱਕ ਜ਼ਖੀਰਾ ਫੜਿਆ। ਉਸ 'ਚ ਇਹ ਜ਼ਖੀਰਾ ਪਿੰਡ ਜਿਹੜਾ ਹੈਗਾ ਖੇਰਾਵਾਲ ਹੈ ਖੇਰਾਵਾਲੀ ਪਿੰਡ ਹੈ ਉੱਥੋਂ ਖੇਰਾਵਾਲੀ ਪਿੰਡ ਦੇ ਵਿੱਚ ਇਹ ਅਕਿਊਜ਼ਡ ਬਲਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਜਿਹਦੇ 'ਤੇ ਪਹਿਲੇ ਵੀ ਬਹੁਤ ਸਾਰੇ ਮੁਕੱਦਮੇ ਦਰਜ ਨੇ ਔਰ ਚਿੱਟੇ ਦਾ ਮੁਕੱਦਮਾ ਬਹੁਤ ਸਾਰਾ ਹੀ ਇਜ਼ ਵੈਰੀ ਫਾਈਨੈਂਸ਼ਲੀ ਸਾਊਂਡ ਔਰ ਤੁਸੀਂ ਇਮੈਜਿਨ ਕਰ ਸਕਦੇ ਹੋ ਕਾਰਾਂ ਕੋਠੀਆਂ ਰੱਖ ਕੇ ਇਹ ਲੋਕ ਕੰਮ ਕਰਦੇ ਨੇ। ਆਪਣੇ ਥੱਲੇ ਇਹਨਾਂ ਨੇ 50-100 ਬੰਦਾ ਰੱਖਿਆ ਜਿਹੜੇ ਕਿ ਜਿਹੜੀ ਹਰ ਇਲਾਕੇ ਦੇ ਵਿੱਚ ਸਪਲਾਈ ਭੇਜਦੇ ਨੇ। ਅੱਜ ਮੇਰੀ ਟੀਮ ਨੇ ਬਹੁਤ ਵੱਡੀ ਖੂਬਸੂਰਤੀ ਦੇ ਨਾਲ ਇੱਕ ਵੱਡੀ ਖੇਪ ਪਕੜਦੇ ਹੋਏ ਆ ਚੱਲਦੀਆਂ ਭੱਠੀਆਂ ਤੁਸੀਂ ਪਿੱਛੇ ਦੇਖ ਸਕਦੇ ਹੋ ਆ ਚੱਲਦੀਆਂ ਭੱਠੀਆਂ ਦਾ ਸਮਾਨ ਹੈ ਜੀ ਇਹ ਚੱਲਦੀਆਂ ਭੱਠੀਆਂ ਪਕੜੀਆਂ ਅਤੇ ਇਸ ਇੱਥੋਂ ਹੀ ਸਾਰਾ ਸਮਾਨ ਜਿਹੜਾ 4,35,000 ਜਿਹੜਾ ਹੈਗਾ ਅਸੀਂ ਇਲਿਸਿਟ ਪਕੜੀਆਂ ਜੀ ਔਰ 4,35,000 ਨੂੰ ਜੇਕਰ ਮੈਂ ਡਿਵਾਈਡ ਕਰਾਂ ਤਾਂ 5,580 ਬੋਟਲ ਜਿਹੜੀਆਂ ਬਣਨੀਆਂ ਸੀ ਅਤੇ ਇਹ 48 ਪੇਟੀਆਂ ਦਾ ਮਾਲ ਹੈ। ਤੁਸੀਂ ਇਮੈਜਿਨ ਕਰੋ 48 ਪੇਟੀਆਂ ਕਿਸੇ ਇੱਕ ਵੈਂਡ ਦੀ ਜਿਹੜੀ ਸੇਲ ਹੈ 2 ਵੈਂਡ ਦੀ ਸੇਲ ਹੈ ਸ਼ਾਮ ਤੱਕ ਜ਼ੀਰੋ ਕਰ ਦਿੰਦੀ ਹੈ। ਇਸੇ ਤਰ੍ਹਾਂ ਮੈਂ ਦੱਸਣਾ ਚਾਹੂੰਗੀ ਕਿ ਮੇਰੀ ਟੀਮ ਨੇ ਇਹਦੇ ਨਾਲ ਨਾਲ ਆਹ ਜਿਹੜੀ ਲਾਹਨ ਬਣਾਈ ਹੈ 800 KG ਲਾਹਨ ਹੈ ਸੋ 800 KG ਲਾਹਨ ਦਾ ਜੇਕਰ ਮੈਂ ਇਹਦੇ ਫਾਰਮੂਲੇ ਦੇ ਮੁਤਾਬਕ ਦੇਖਾਂ 426 ਬੋਟਲਸ ਬਣਨੀਆਂ ਸੀ ਅਤੇ 35 ਪੇਟੀਆਂ ਬਣਨੀਆਂ ਸੀ ਸੋ ਆਮ ਰੀਅਲੀ ਪ੍ਰਾਊਡ ਆਫ ਮਾਈ ਟੀਮ ਜਿਵੇਂ ਕਿ ਮੇਰੇ ਉੱਚ ਅਧਿਕਾਰੀਆਂ ਨੇ ਮੇਰੇ ਮਾਣਯੋਗ ECO ਪੰਜਾਬ ਸ਼੍ਰੀ ਰਜਤ ਅਗਰਵਾਲ ਜੀ ਵੇਨੂ ਪ੍ਰਸਾਦ ਜੀ FCT ਸਾਹਿਬ ਔਰ ਮੇਰੇ DC ਡਿਵੀਜ਼ਨ ਜਿਨ੍ਹਾਂ ਨੇ ਮੇਰੀ ਟੀਮ 'ਤੇ ਬਹੁਤ ਮਾਣ ਹਮੇਸ਼ਾ ਕੀਤਾ ਔਰ ਇਹ ਗੱਲ ਦੀ ਹਮੇਸ਼ਾ ਅਸੀਂ ਉਹਨਾਂ ਨੂੰ ਵਾਅਦੇ ਕੀਤੇ ਨੇ ਕਿ ਸਾਰੇ ਇਸ ਇਲਾਕੇ ਦੇ ਵਿੱਚ ਜਿੰਨੇ ਵੀ ਸਮੱਗਲਰ ਨੇ ਜਿੰਨੇ ਬੂਟਲੈਗਰ ਨੇ ਆਪਣੀ ਪੂਰੀ ਤਨਦੇਹੀ ਦੇ ਨਾਲ ਇਹਨਾਂ ਨੂੰ ਖਤਮ ਕਰਨ ਦੇ ਵਿੱਚ ਜਿਹੜੇ ਹੈਗੇ ਆਪਣੀ ਤਨਦੇਹੀ ਲਗਾਵਾਂਗੇ। ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਨਾਲ ਕੱਲ੍ਹ ਵੀ ਮੇਰੀ ਮੁਲਾਕਾਤ ਹੋਈ ਸੋ ਉਹਨਾਂ ਨੂੰ ਕੱਲ੍ਹ ਵੀ ਇਸ ਰੇਡ ਬਾਰੇ ਉਹਨਾਂ ਦੇ ਨਾਲ ਦੱਸਿਆ ਸੀ ਕਿ ਸਰ ਆਪਣੇ ਸਨੀਫਰ ਅਸੀਂ ਪੂਰੇ ਸ਼ਹਿਰ 'ਚ ਫਲਾਏ ਨੇ ਟੁਡੇ ਸੈਟਰਡੇ ਈਵਨ ਸੰਡੇ ਈਵਨ ਕੋਈ ਵੀ ਰਾਤ ਹੋਵੇ ਦਿਨ ਹੋਵੇ ਮਾਈ ਟੀਮ ਆਲਵੇਜ਼ ਦੇ ਆਲ ਦੀ ਦੇ ਯੂਜ਼ ਟੂ ਬੀ ਇਨ ਦੇਅਰ ਏਰੀਆਜ਼ ਸੋ ਆਈ ਐਮ ਰੀਅਲੀ ਹੈਪੀ ਥੈਂਕ ਯੂ ਵੈਰੀ ਮੱਚ। ਨਹੀਂ ਇਹਨਾਂ ਨੂੰ ਕੀ ਮੈਸੇਜ ਦੇਣਾ ਜੀ ਇਹਨਾਂ ਨੂੰ ਮੈਸੇਜ ਕੋਈ ਸਮਝ ਨਹੀਂ ਲੱਗਦਾ ਕਿ ਇਹਨਾਂ ਨੂੰ ਮੈਸੇਜ ਦੇਣਾ ਨੇ ਆਪਣੇ ਕੰਮ ਥੋੜ੍ਹੀ ਬੰਦ ਕਰ ਦੇਣਾ ਸੋ ਅਸੀਂ ਮੇਰੀਆਂ ਟੀਮਾਂ ਜਿਹੜੀਆਂ ਨੇ ਕਿਸੇ ਨੇ ਪੁੱਛਿਆ ਸੀ ਕਿ ਤੁਸੀਂ ਦੱਸੋ ਜੀ ਇਲਾਕੇ ਦੇ ਵਿੱਚ ਫਲਾਣੀ ਗੱਲ ਹੋ ਰਹੀ ਹੈ ਵੀ ਕੀ ਕਰ ਰਹੇ ਤੁਹਾਡੀ ਕੀ ਹਰਕਤ ਹੈ ਮੈਂ ਇਹਨਾਂ ਦੀ ਹਰਕਤ ਬਾਰੇ ਨਹੀਂ ਕਹਾਂਗੀ ਮੇਰੀ ਟੀਮ ਹਰਕਤ 'ਚ ਹੈ ਔਰ ਇਸ ਇਲਾਕੇ ਦੇ ਵਿੱਚ ਮੈਂ ਦੱਸੂੰਗੀ ਕਿ ਇਸ ਇਲਾਕੇ 'ਚ ਬੂਟਲੈਗਰ ਕਦੀ ਉੱਠਣਗੇ ਨਹੀਂ ਔਰ ਇਸ ਵਾਰ ਮੇਰੇ ਠੇਕੇਦਾਰ ਪਲੱਸ 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 ਦੇ ਵਿੱਚ ਜਾ ਕੇ ਆਪਣੀਆਂ ਸੇਲਾਂ ਦਾ ਕਰ ਪਾਉਣਗੇ। ਥੈਂਕ ਯੂ ਵੈਰੀ ਮੱਚ ਜੈ ਹਿੰਦ। ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ।
ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।